ਹਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਡਰੋਂ ਅੱਜ ਕੱਲ ਨਜਾਇਜ਼ ਮਾਈਨਿੰਗ ਬੰਦ ਹੈ ਤਾਂ ਇਸ ਨੂੰ ਲੈ ਕੇ ਆਮ ਲੋਕਾਂ ਦੇ ਉੱਤੇ ਉਸ ਰੇਤੇ ਬੰਦ ਦਾ ਕਿੰਨਾ ਕੁ ਅਸਰ ਪੈ ਰਿਹਾ ਜਾਂ ਨਜਾਇਜ਼ ਮਾਈਨਿੰਗ ਦੱਸਿਆ ਜਾ ਰਿਹਾ ਕਿ ਬੰਦ ਹੋ ਗਈ ਪਰ ਤੁਹਾਨੂੰ ਉਸ ਨਜਾਇਜ਼ ਮਾਈਨਿੰਗ ਦਾ ਰੇਟ ਦੇ ਵਿੱਚ ਕੀ ਫਰਕ ਪਿਆ ਪਹਿਲਾਂ ਰੇਟ ਕੀ ਆਂਦਾ ਸੀ ਹੁਣ ਰੇਟ ਕੀ ਹੁਣ ਇਹ 20 ਦਿਨ ਸੇ ਮਾਲ ਪੜਾ ਹੋਇਆ ਪਿੱਛੇ ਦੇਖ ਲੋ ਗਾਸ ਜਮ ਗਈ ਹੈ ਇਸ ਦੇ ਉੱਪਰ ਕਸਟਮਰ ਕੇ ਪਾਸ ਪੈਸਾ ਨਹੀਂ ਹੈ ਤਾਂ ਮਾਲ ਕਹਾਂ ਸੇ ਖਰੀਦੇਗਾ ਰੇਤੇ ਦਾ ਰੇਟ ਇਤਨਾ ਪੜ ਚੁਕਾ ਹੈ ਕਿ ਲਗਾਉਣਾ ਮੁਸ਼ਕਿਲ ਹੈ ਪਿੱਛੇ ਤੇ ਸਪਲਾਈ ਨਹੀਂ ਆਏਗੀ ਤਾਂ ਜੋ ਬਲੈਕ ਸੇ ਜਾਏਗਾ ਉਹ ਡਬਲ ਰੇਟ ਤੇ ਹੀ ਜਾਏਗਾ ਲੱਗਦਾ ਕਿ ਸਰਕਾਰ ਵੱਲੋਂ ਜਿਹੜੀ ਨਜਾਇਜ਼ ਤੌਰ ਤੇ ਮਾਈਨਿੰਗ ਬੰਦ ਕੀਤੀ ਕੋਈ ਪਾਲਿਸੀ ਜੇ ਬਣਾਈ ਜਾਵੇ ਤਾਂ ਤੁਹਾਡੇ ਵੀ ਕਾਰੋਬਾਰ ਨੂੰ ਕਿਤੇ ਨਾ ਕਿਤੇ ਫਾਇਦਾ ਹੋ ਸਕਦਾ ਹੈ ਜਾਂ ਫਿਰ ਜੇ ਕਿਤੇ ਪਾਲਿਸੀ ਨਹੀਂ ਬਣਦੀ ਨਜਾਇਜ਼ ਜਿਹੜੀ ਮਾਈਨਿੰਗ ਹੋ ਰਹੀ ਸੀ ਬੰਦ ਕੀਤੀ ਗਈ ਹੈ ਤਾਂ ਹੋਰ ਵੀ ਰੇਟ ਵੱਧ ਸਕਦਾ ਤੁਹਾਡੇ ਜਿਹੜੇ ਇਸ ਰੇਤੇ ਦਾ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਨੇ ਫਿਰ ਫੈਸਲਾ ਲਿਆ ਕਿ ਨਜਾਇਜ਼ ਮਾਈਨਿੰਗ ਬੰਦ ਕਰਨੀ ਹੈ ਉਹ ਫੈਸਲੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 92 ਸੀਟਾਂ ਲੈ ਕੇ ਸੱਤਾ ਦੇ ਵਿੱਚ ਸਰਕਾਰ ਆਈ ਹੈ ਤਾਂ ਇਸ ਨੂੰ ਲੈ ਕੇ ਵੱਡੇ ਵੱਡੇ ਐਲਾਨ ਸੀਐਮ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਦੱਸ ਦਿੰਦੇ ਹਾਂ 25,000 ਨੌਕਰੀਆਂ ਦੂਜੇ ਪਾਸੇ 35,000 ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਅਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਨਜਾਇਜ਼ ਮਾਈਨਿੰਗ ਬੰਦ ਹੋਏਗੀ ਨਜਾਇਜ਼ ਮਾਈਨਿੰਗ ਦੇ ਉੱਤੇ ਠੱਲ ਪਏਗੀ ਤਾਂ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਡਰੋਂ ਅੱਜ ਕੱਲ੍ਹ ਨਜਾਇਜ਼ ਮਾਈਨਿੰਗ ਬੰਦ ਹੈ ਤਾਂ ਇਸ ਨੂੰ ਲੈ ਕੇ ਆਮ ਲੋਕਾਂ ਦੇ ਉੱਤੇ ਉਸ ਰੇਤੇ ਬੰਦ ਦਾ ਕਿੰਨਾ ਕੁ ਅਸਰ ਪੈ ਰਿਹਾ ਜਾਂ ਜਿਹੜੀਆਂ ਦੁਕਾਨਾਂ ਕੀਤੀਆਂ ਹੋਈਆਂ ਸ਼ਹਿਰਾਂ ਦੇ ਵਿੱਚ ਰੇਤੇ ਦੀਆਂ ਉਹਨਾਂ ਦੁਕਾਨਦਾਰਾਂ ਨੂੰ ਰੇਤਾ ਕਿੰਨਾ ਮਹਿੰਗਾ ਮਿਲ ਰਿਹਾ ਹੈ ਉਸ ਨਜਾਇਜ਼ ਮਾਈਨਿੰਗ ਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਤਾਂ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਇੱਕ ਦੁਕਾਨ 'ਤੇ ਆਏ ਹਾਂ ਜਿੱਥੇ ਕਿ ਰੇਤਾ ਪਿਆ ਪਰ ਰੇਤੇ ਦਾ ਰੇਟ ਕਿੰਨਾ ਕੁ ਮਹਿੰਗਾ ਹੋਇਆ ਕਿੰਨਾ ਕੁ ਇਹਨਾਂ ਨੂੰ ਨਜਾਇਜ਼ ਮਾਈਨਿੰਗ ਦਾ ਫਰਕ ਪਿਆ ਆਮ ਲੋਕ ਜਿਹੜੇ ਘਰ ਬਣਾਉਣਾ ਚਾਹੁੰਦੇ ਨੇ ਕਿ ਬਾਕੀ ਉਹਨਾਂ ਨੂੰ ਇਸ ਦਾ ਨਜਾਇਜ਼ ਮਾਈਨਿੰਗ ਦਾ ਸੁੱਖ ਹੋਇਆ ਜਾਂ ਨਹੀਂ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਕ ਦੁਕਾਨਦਾਰ ਸਾਡੇ ਨਾਲ ਨੇ ਜਿਨ੍ਹਾਂ ਦਾ ਇਹ ਰੇਤਾ ਇੱਥੇ ਪਿਆ ਲਗਾਤਾਰ ਲੋਕਾਂ ਨੂੰ ਵੇਚਿਆ ਜਾਂਦਾ ਪਰ ਨਜਾਇਜ਼ ਮਾਈਨਿੰਗ ਤੌਰ 'ਤੇ ਜਿਹੜਾ ਬੰਦ ਹੋਇਆ ਰੇਤਾ ਉਸਦਾ ਫਰਕ ਪਿਆ ਜਾਂ ਨਹੀਂ ਸਰਕਾਰ ਨਹੀਂ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਜਾਇਜ਼ ਮਾਈਨਿੰਗ ਦੱਸਿਆ ਜਾ ਰਿਹਾ ਕਿ ਬੰਦ ਹੋਊਗੀ ਪਰ ਤੁਹਾਨੂੰ ਉਸ ਨਜਾਇਜ਼ ਮਾਈਨਿੰਗ ਦਾ ਰੇਟ ਦੇ ਵਿੱਚ ਕੋਈ ਫਰਕ ਪਿਆ ਪਹਿਲਾਂ ਰੇਟ ਕੀ ਆਉਂਦਾ ਸੀ ਹੁਣ ਰੇਟ ਕਿੰਨਾ ਜੀ ਪਹਿਲੇ 20 ਰੁਪਏ ਫੁੱਟ ਇੱਤਾਂ ਆਉਂਦਾ ਸੀਗਾ ਹੁਣ 8 ਰੁਪਏ ਹੋ ਚੁੱਕਾ ਹੈ ਅਬ ਕਸਟਮਰ ਕੇ ਪਾਸ ਇਤਨਾ ਪੈਸਾ ਨਹੀਂ ਹੈ ਕਿ ਜਿਸ ਤੇ ਮਟੀਰੀਅਲ ਲੈ ਕੇ ਲਗਾ ਲੇ ਹੁਣ ਇਹ 20 ਦਿਨ ਸੇ ਮਾਲ ਪੜਾ ਹੋਇਆ ਪਿੱਛੇ ਦੇਖ ਲੋ ਗਾਸ ਜਮ ਗਈ ਹੈ ਇਸ ਦੇ ਉੱਪਰ ਕਸਟਮਰ ਕੇ ਪਾਸ ਪੈਸਾ ਨਹੀਂ ਹੈ ਤਾਂ ਮਾਲ ਕਹਾਂ ਸੇ ਖਰੀਦੇਗਾ ਰੇਤੇ ਦਾ ਰੇਟ ਇਤਨਾ ਵੱਧ ਚੁੱਕਾ ਹੈ ਕਿ ਲਗਾਉਣਾ ਮੁਸ਼ਕਿਲ ਹੈ ਤੇ ਜਿਹੜਾ ਨਜਾਇਜ਼ ਮਾਈਨਿੰਗ ਬੰਦ ਹੋਈ ਹੈ ਉਸ ਕਾਰਨ ਹੀ ਜਿਹੜਾ ਰੇਟ ਵਧਿਆ ਨਹੀਂ ਜੀ ਬੰਦ ਹੋਣੇ ਕੇ ਕਾਰਨ ਹੀ ਰੇਟ ਵੜਾ ਜੇ ਪਿੱਛੇ ਤੇ ਸਪਲਾਈ ਨਹੀਂ ਆਏਗੀ ਤਾਂ ਜੋ ਬਲੈਕ ਸੇ ਜਾਏਗਾ ਉਹ ਡਬਲ ਰੇਟ ਮੇ ਹੀ ਜਾਏਗਾ ਜਿਹੜਾ ਰੇਤਾ ਇਹ ਪਿਆ ਪਹਿਲਾਂ ਗਿਰਿਆ ਤੁਹਾਡਾ ਜਦੋਂ ਬੰਦ ਨਹੀਂ ਹੋਇਆ ਉਸ ਟਾਈਮ ਦਾ ਪਿਆ ਨਹੀਂ ਜੀ ਇਹ ਨਏ ਰੇਟ ਕੋ ਹੀ ਆ ਜੀ ਨਏ ਰੇਟ ਕਾ ਹਾਂ ਜੀ ਕੁਝ ਇਸਮੇ ਪਹਿਲਾਂ ਵੀ ਹੈ ਅੱਛਾ ਕਿੰਨਾ ਹੁਣ ਕਿੰਨਾ ਰੇਟ ਆ ਰਿਹਾ ਤੁਹਾਨੂੰ ਹੁਣ 38 ਰੁਪਏ ਦਾ ਰੇਟ ਆ ਰਿਹਾ ਜੀ ਤੇ ਅੱਗੇ ਕਸਟਮਰ ਲੈਣ ਵਾਸਤੇ ਹੁਣ ਨਹੀਂ ਆ ਰਹੇ ਤੁਹਾਡੇ ਕੋਲ ਜੀ ਨਹੀਂ ਸਰ ਕੋਣ ਆਏਗਾ ਇਤਨਾ ਪੈਸਾ ਹੀ ਨਹੀਂ ਹੈ ਪਹਿਲੇ ਹੀ ਲੋਕਡਾਊਨ ਕੇ ਕਰਕੇ ਲੋਕ ਪਬਲਿਕ ਪਹਿਲੇ ਪਰੇਸ਼ਾਨ ਹੈ ਕਸਟਮਰ ਆ ਨਹੀਂ ਪਾ ਰਹਾ ਹੈ ਉਸ ਰੇਟ ਮੇ ਅੱਛਾ ਜਬ ਕੋਈ ਕਸਟਮਰ ਆਤਾ ਵੀ ਹੈ ਜਬ ਰੇਟ ਆ ਬਤਾਤੇ ਉਨਕੋ ਤਾਂ ਕੋਈ ਐਸੇ ਨਹੀਂ ਹੋਤਾ ਉਹ ਬਤਾਤੇ ਹੋਗੇ ਕਿ ਯਾਰ ਇਤਨਾ ਮਹਿੰਗਾ ਕਿਉਂ ਕਰਦੀ ਆ ਉਨਕੋ ਕੈਸੇ ਸਮਝਾਤੇ ਹੋ ਫਿਰ ਆਪ समझाते तो कुछ नहीं बस उसको बताते हैं भैया ऐसे ऐसे करके गवर्नमेंट को जब पीछे से बंद कर दिया उस वजह से महंगा रेट आ रहा है कोई लेता ही नहीं लेने के लिए उठता ही नहीं कारोबार नू बहुत ज़्यादा फर्क पिया बहुत ज़्यादा पाया जी 80% फर्क पै गया लेबर थोड़ी रखी हुई है लेबर नू हुण तनखाहां दा जां फिर थोड़ी दुकानां दा किराया किवें चल रहा है लेबर तो घर पे चली गई आधी आधे किराया रखी है थोड़ा घना काम करती है ये इकट्ठा उकट्ठा करके ढेर लगाया है अच्छा रोजाना दी पहला नालों सेल ते हुण सेल च किन्ना फर्क पिया 80% 70% का फर्क है जी सर तो हुण लगता कि सरकार वालों जी नजायज़ तौर पर माइनिंग बंद की कोई पॉलिसी जो बनाई जाए तो थोड़े भी कारोबार में कितने ना कि फायदा हो सकता है या फिर जे कि पॉलिसी नहीं बनती नजायज़ जी माइनिंग हो रही थी बंद की गई है तो होर भी रेट बढ़ सकता थोड़े जो इस रेते का जी बढ़ सकता है होर भी अगर यही हालात जो चलते रहे जो इसका निर्णय नहीं हुआ तो बढ़ सकता है और भी बढ़ जाएगा सरकार को कोई ना कोई पॉलिसी बनानी चाहिए सरकार को कोई ना कोई पॉलिसी बनानी चाहिए कि जो गरीब बंदा है वो भी अपना घर मकान बना सके ਅੱਛਾ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਨੇ ਫਿਰ ਫੈਸਲਾ ਲਿਆ ਕਿ ਨਜਾਇਜ਼ ਮਾਈਨਿੰਗ ਬੰਦ ਕਰਨੀ ਹੈ ਉਹ ਫੈਸਲੇ ਨੂੰ ਕਿਵੇਂ ਦੇਖਦੇ ਉਹ ਫੈਸਲਾ ਚੰਗੀ ਗੱਲ ਹੈ ਜੀ ਦੇਖੋ ਬਹੁਤ ਅੱਛੀ ਗੱਲ ਹੈ ਕਿਉਂਕਿ 2 ਨੰਬਰ ਦੇ ਕੰਮ ਬਹੁਤ ਜ਼ਿਆਦਾ ਹੋ ਰਹੇ ਸੀਗੇ ਅਤੇ ਬਹੁਤ ਅੱਛੀ ਗੱਲ ਹੈ ਲੇਕਿਨ ਉਹਦੇ ਨਾਲ ਨਾਲ ਕੁਛ ਗਰੀਬ ਦੇ ਬਾਰੇ ਵੀ ਸੋਚਣਾ ਚਾਹੀਦਾ ਸਰਕਾਰੀ ਰੇਟ ਕੋਈ ਤੈਅ ਹੋਣਾ ਚਾਹੀਦਾ ਕਿਆ ਲੱਗਦਾ ਹਾਂ ਬਿਲਕੁਲ 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 ਜੀ ਸਰਕਾਰੀ ਰੇਟ ਪਿੱਛੋਂ ਖੱਡ ਤੋਂ ਵੀ ਪਿੱਛੇ ਤੋਂ ਸਰਕਾਰੀ ਰੇਟ ਦੇ ਨਾਲ ਆਵੇ ਤੁਹਾਡੇ ਕੋਲ ਵੀ ਸਰਕਾਰੀ ਰੇਟ ਦੇ ਗਿਰੇ ਹਾਂਜੀ 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 ਬਿਲਕੁਲ ਠੀਕ ਹੈ ਜੀ ਜਿਸ ਤਰ੍ਹਾਂ ਪਹਿਲਾਂ ਜਿਹੜੇ ਪਹਿਲੇ ਸੀਐਮ ਸੀ ਸੀਐਮ ਸਾਬਕਾ ਸੀਐਮ ਹੋ ਗਏ ਹੁਣ ਤਾਂ ਸੀਐਮ ਚੰਦੇ ਸਿੰਘ ਚੰਨੀ ਉਹਨਾਂ ਵੱਲੋਂ 5 ਰੁਪਏ ਰੇਤਾ ਐਲਾਨ ਕਰ ਦਿੱਤਾ ਸੀ ਉਹ ਪਾਲਿਸੀ ਹੋਈ ਸੀ ਪਾਸ ਕਿ ਨਹੀਂ ਤੁਹਾਡੇ ਕਿੱਥੇ ਮਹਾਰਾਜ ਐਲਾਨ ਕਈ ਸਰਕਾਰਾਂ ਆਉਂਦੀਆਂ ਕਈ ਕਰਦੀਆਂ
कौन करता जी 5 रुपए। गरीबां दा इस टाइम इन्ना बुरा हाल है, देखो लोगों के काम सारे बंद पे इस टाइम, ठप हो गए सारे। सरकार आए तो खोलने तो की बंद लगता ही हो गए हैं, बंद लगता ही हो गए देखो। हाँ वैसे पहले तो कुछ लॉकडाउन ने मार दिया था, कुछ महंगाई ने मार दिया। हूँ किमें देखता, उम्मीद लगती है कि सरकार वालों कोई इदा का फैसला लिया जाएगा जिद कि दुकानदारों फायदा होए, आम लोगों को जो घर बनाना चाहते हैं उन्होंने फायदा हो सके। देखो जी भगवंत मान उपर इस टाइम बहुत ज़्यादा उम्मीद है, बहुत ज़्यादा उम्मीद है। इस करके देखो पूरी लहर सी इस बार पंजाब भगवंत मान जी की, तो वैसे पूरी उम्मीद है कि जो काम करेंगे जरूर। बिल्कुल तुम देख सकते हो कि लगातार जो मटीरियल महंगा हो रहा है तो इसको लेकर आम लोगों का बड़ा फर्क पै ही रहा। दूजे पास दुकानदारों वालों दसया गया कि पहला 20-22 रुपये जो रेता आता है हूँ महंगे रेट पर उन्होंने आ रहा, तो जो महंगा रेट कस्टमर आके सुनता है तो कस्टमर भी उन्होंने घट गए ने। दूजे पास हूँ आम लोगों ने मकान बनाने भी बंद कर दते हैं कि रेता इन्ना महंगा होएगा तो उस मुताबिक घर किमें बनावे। तो हूँ देखते हैं पंजाब सरकार वालों नजायज़ माइनिंग तो बंद कर दी है, पर नजायज़ माइनिंग के नाल आम लोगों के उत्ते इस चीज़ का भार जरूर पै रहा है। तो हूँ आने वाले दिनों देखते हैं कि पंजाब सरकार रेते लैके की फैसला लेंदी है। थोड़े कैमरामैन सुमित हरतेज सिंह तेजी HN1 न्यूज़ खरगड़।